ਇੱਥੇ ਅਲੱਗ ਅਲੱਗ ਤਰ੍ਹਾਂ ਦੇ ਬੁਲਟ ਸਾਰੇ ਮਾਡਲ ਮਿਲ ਜਾਣਗੇ। ਆਪਣੇ ਨਾਲ ਆਪਣਾ ਭਰਾ ਸੋਨੂੰ ਅਤੇ ਆਪਾਂ ਜਾ ਰਹੇ ਹਾਂ ਹੁਣ ਮਾਰਕੀਟ ਦੇਖਾਂਗੇ, ਉੱਥੇ ਜਿਹੜੀ ਸਕੂਟੀ ਪਸੰਦ ਆਈ ਉਹੀ ਪਰਚੇਜ਼ ਕਰਾਂਗੇ ਅਤੇ ਬਾਕੀ ਤੁਹਾਨੂੰ ਦਿਖਾਵਾਂਗੇ ਜਾ ਕੇ ਉੱਥੇ ਵਧੀਆ ਵਧੀਆ ਚੀਜ਼ ਘੈਂਟ ਘੈਂਟ ਚੀਜ਼ਾਂ। ਅਤੇ ਮਾਸਕ ਕੰਪਲਸਰੀ ਆ, ਮਾਸਕ ਲੈ ਕੇ ਬਾਹਰ ਨਿਕਲੋ, ਨਹੀਂ ਤਾਂ ਬਿਨਾਂ ਕੰਮ ਤੋਂ ਕੋਈ ਬਾਹਰ ਨਾ ਆਵੋ। ਅਤੇ ਚਲੋ ਮਿਲਦੇ ਹਾਂ ਫਿਰ ਆਪਾਂ। ਹਾਂਜੀ, ਆਪਾਂ ਮਾਰਕੀਟ ਦੇ ਵਿੱਚ ਪਹੁੰਚ ਚੁੱਕੇ ਹਾਂ ਅਤੇ ਆਪਾਂ ਸਕੂਟੀ ਦੇਖਣੀ ਆ ਜਾਂ ਬਾਈਕ ਦੇਖਣੀਆਂ ਸਟਾਰਟ ਕਰਤੀਆਂ ਨੇ। ਗਰਮੀ ਬਹੁਤ ਜ਼ਿਆਦਾ ਹੈ ਤਾਂ ਕਰਕੇ ਮੈਂ ਪੂਰੀ ਬਾਈਕ ਤੁਹਾਨੂੰ ਮਾਰਕੀਟ ਦਿਖਾ ਨਹੀਂ ਸਕਦਾ। ਸੋ ਹਾਂਜੀ, ਤੁਸੀਂ ਕੋਈ ਵੀ ਇੱਥੋਂ ਚੀਜ਼ ਬਾਏ ਕਰਦੇ ਹੋ, ਸਕੂਟੀ ਬਾਈਕ ਜਾਂ ਕੁਛ ਵੀ ਬਾਏ ਕਰਦੇ ਹੋ, ਤਾਂ ਤੁਸੀਂ ਆਪਣੀ ਗਰੰਟੀ ਦੇ ਨਾਲ ਕੋਈ ਮਕੈਨਿਕ ਨੂੰ ਚੈੱਕ ਕਰਵਾ ਕੇ, ਬਾਕੀ ਇਹਨਾਂ ਦੀ ਗਰੰਟੀ ਹੁੰਦੀ ਹੈ ਸਾਰਾ, ਤੁਸੀਂ ਦੇਖ ਧਿਆਨ ਨਾਲ ਕਰਕੇ ਆਪਣੀ ਚੀਜ਼ ਨੂੰ ਬਾਏ ਕਰੋ। ਅਤੇ ਇਹਨਾਂ ਵੱਲੋਂ ਵੀ ਗਰੰਟੀ ਹੁੰਦੀ ਹੈ 2 ਮਹੀਨਿਆਂ ਦੀ, 3 ਮਹੀਨਿਆਂ ਦੀ, ਬਹੁਤ ਹੀ ਵਧੀਆ ਚੀਜ਼ਾਂ ਹੁੰਦੀਆਂ। ਹਾਂਜੀ, ਅਸੀਂ ਵੀ ਸਾਰੀਆਂ ਸਕੂਟੀਆਂ ਸਟਾਰਟ ਕਰਕੇ ਜਿਹੜੀ ਸਾਨੂੰ ਵਧੀਆ ਲੱਗ ਰਹੀ ਸੀ, ਜਿਹੜੇ ਸਾਡੇ ਬਜਟ ਦੇ ਅੰਡਰ ਸੀ, ਆਪਾਂ ਉਹ ਸਟਾਰਟ ਕੀਤੀ, ਚੈੱਕ ਕੀਤੀ। ਤੁਸੀਂ ਆਪਣੇ ਨਾਲ ਮਕੈਨਿਕ ਨੂੰ ਲੈ ਕੇ ਜਾ ਸਕਦੇ ਹੋ, ਉੱਥੇ ਮਕੈਨਿਕ ਹੁੰਦੇ, ਉਹਨਾਂ ਨੂੰ ਚੈੱਕ ਕਰਵਾ ਸਕਦੇ ਹੋ, ਉਹਨਾਂ ਦੀ ਫੀਸ ਹੁੰਦੀ ਹੈ। ਅਤੇ ਬਹੁਤ ਹੀ ਵਧੀਆ ਰੇਟ 'ਤੇ ਬਹੁਤ ਹੀ ਘੈਂਟ ਘੈਂਟ ਸਕੂਟੀਆਂ ਮਿਲ ਜਾਣਗੀਆਂ, ਬਹੁਤ ਹੀ ਘੈਂਟ ਘੈਂਟ ਬਾਈਕਸ ਵੀ ਅਵੇਲੇਬਲ ਨੇ। ਤੁਸੀਂ ਆਪਣੀ ਇੱਕ ਵਾਰ ਵਿਜ਼ਿਟ ਕਰੋ ਅਤੇ ਦੇਖੋ। ਇੱਥੇ ਅਲੱਗ ਅਲੱਗ ਤਰ੍ਹਾਂ ਦੇ ਬੁਲਟ ਸਾਰੇ ਮਾਡਲ ਮਿਲ ਜਾਣਗੇ ਤੁਹਾਨੂੰ, ਸਾਰੀ ਕੋਈ ਵੀ ਬਾਈਕ ਲੈਣੀ ਹੋਵੇ ਸਾਰੀ ਬਾਈਕਾਂ ਇੱਥੇ ਮਿਲ ਜਾਣਗੀਆਂ ਤੁਹਾਨੂੰ। ਕੋਈ ਆਪਣੇ ਭਰਾ ਨੇ ਸਕੂਟੀ ਪਸੰਦ ਕਰ ਲਈ ਸੀਗੀ, ਸਕੂਟੀ ਸਾਫ਼ ਆ ਬਿਲਕੁਲ, ਅਤੇ ਮਾੜੇ ਮੋਟੇ ਚਲੋ ਕੰਮ ਹੁੰਦੇ ਹੀ ਨੇ ਸੈਕਿੰਡ ਹੈਂਡ ਚੀਜ਼ ਦੇ ਵਿੱਚ, ਬਟ ਉਹਨਾਂ ਦੀ ਗਰੰਟੀ ਦਿੱਤੀ ਹੈ ਸਕੂਟਰੀ ਦੀ ਬਿਲਕੁਲ, ਅਤੇ ਸਕੂਟਰੀ ਅਸੈਸਰੀ ਸਾਰੀ ਫਿੱਟਡ ਹੈ। ਐਂਡ 2011 ਮਾਡਲ ਹੈ ਇਹ, ਅਤੇ ਨੰਬਰ ਪਲੇਟ ਹਾਈ ਸਕਿਉਰਿਟੀ ਲੱਗੇ ਨੇ, ਇੰਸ਼ੋਰੈਂਸ ਵਧੀਆ ਮਿਲ ਗਈ ਆਪਾਂ ਨੂੰ। ਕਿਸੇ ਨੇ ਵੀ ਸਕੂਟੀ ਲੈਣੀ ਹੋਵੇ ਜਾਂ ਕੋਈ ਹੋਰ ਚੀਜ਼ ਵੀ ਲੈਣੀ ਹੋਵੇ, ਵਹੀਕਲ ਲੈਣਾ ਹੋਵੇ, ਕੋਈ ਵੀ 2-ਵੀਲਰ, ਉਹ ਇੱਥੇ ਇੱਕ ਵਾਰ ਵਿਜ਼ਿਟ ਕਰ ਲਏ। ਅਬਦੁੱਲਾਪੁਰ ਬਸਤੀ ਦੇ ਸਾਹਮਣੇ ਪੁੱਲ ਦੇ ਨੀਚੇ ਹੀ ਹੈ, ਅਤੇ ਉਹ ਤੋਂ ਬਾਅਦ ਆਪਾਂ ਲਿਖੀ ਹੈ ਸਮਰਾਲਾ ਆਟੋ ਡੀਲਰਸ ਕੋਲੋਂ, ਸ਼ਾਪ ਨੰਬਰ 55 ਇਹਨਾਂ ਕੋਲ। ਇਹਨਾਂ ਕੋਲ ਹਰ ਤਰ੍ਹਾਂ ਦੀ ਮੋਟਰਸਾਈਕਲ ਅਤੇ ਸਭ ਕੁਝ ਮਿਲ ਜਾਂਦਾ, ਬਟ ਜੋ ਮੈਨੂੰ ਸੀਗਾ ਪ੍ਰਾਈਜ਼ ਦੇ ਵਿੱਚ ਪ੍ਰਾਈਜ਼, ਬਟ ਆਪਾਂ ਨੇ ਉਹਨਾਂ ਨੇ ਗਰੰਟੀ ਦਿੱਤੀ ਆ ਉਹ ਚੀਜ਼ ਦੀ, ਸਾਰੀ ਆਪਾਂ ਨੂੰ ਅਸੈਸਰੀ ਪੂਰੀ ਨਾਲ ਮਿਲੀ ਹੈ।
ਕੋਈ ਇੱਦਾਂ ਨਹੀਂ ਵੀ ਆਪਾਂ ਨੂੰ ਕੋਈ ਚੀਜ਼ ਦੇ ਵਿੱਚ ਉਹਦਾ ਰੱਖਿਆ ਹੋਇਆ, ਉਹਨਾਂ ਨੇ ਦੱਸ ਕੇ ਸਾਰਾ ਕੁਝ ਦੱਸਿਆ ਵੀ ਕੋਈ ਚੀਜ਼ ਜਿਹੜੀ ਪੇਂਟ ਹੁੰਦੀ ਆ ਉਹ ਆਪ ਦੱਸ ਦਿੰਦੇ ਨੇ ਅਤੇ ਇਹ ਸਕੂਟੀ ਜੈਨੂਇਨ ਸੀਗੀ ਅਤੇ ਇਹ ਆਪਾਂ ਨੂੰ ਪਸੰਦ ਵੀ ਆਈ ਆ ਅਤੇ ਇਹਦਾ ਇੰਜਨ ਵੀ ਵਧੀਆ ਵਾ। ਇੱਥੇ ਆਓ ਆਪਣਾ ਮਕੈਨਿਕ ਤੋਂ ਚੈੱਕ ਕਰਵਾਓ, ਮਕੈਨਿਕ ਦੀ ਫੀਸ ਹੁੰਦੀ ਜੋ ਉਹ ਦਿਓ ਉਹਨਾਂ ਨੂੰ ਪੇ ਕਰੋ ਅਤੇ ਤੁਹਾਨੂੰ ਵਧੀਆ ਪੀਸ ਮਿਲ ਜਾਏਗਾ ਇੱਥੋਂ ਜੋ ਵੀ ਮਿਲੇਗਾ। ਅਤੇ ਕੰਗ੍ਰੈਚੁਲੇਸ਼ਨ ਉਹਨੇ ਭਰਾ ਨੂੰ ਬਹੁਤ ਬਹੁਤ। ਆਪਾਂ ਚੱਲਦੇ ਹਾਂ ਹੁਣ ਸਮਰਾਲਾ ਨੂੰ ਅਤੇ ਦੇਖਦੇ ਹਾਂ ਸਕੂਟੀ ਦੀ ਕੀ ਪਰਫੋਰਮੈਂਸ ਹੈ, ਕਿਉਂਕਿ ਸੈਕਿੰਡ ਹੈਂਡ ਚੀਜ਼ ਦੇ ਵਿੱਚ ਆਪਾਂ ਲੈਂਦੇ ਹਾਂ ਕੋਈ ਵੀ ਖਰਾਬੀ ਹੁੰਦੀ ਆ ਉਹ ਆਪਾਂ ਨੂੰ ਪਤਾ ਲੱਗ ਜਾਣਾ ਚਾਹੀਦਾ, ਮਕੈਨਿਕ ਨੂੰ ਦਿਖਾ ਲੈਣਾ ਚਾਹੀਦਾ ਇੱਕ ਵਾਰੀ। ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਬੈਲ ਆਈਕਨ ਨੋਟੀਫਿਕੇਸ਼ਨ ਪ੍ਰੈਸ ਕਰ ਦਿਆ ਕਰੋ ਅਤੇ ਥੈਂਕ ਯੂ ਸੋ ਮਚ ਸਾਰਿਆਂ ਦਾ ਵਲੌਗ ਦੇਖਣ ਲਈ। ਐਂਡ ਆਪਣੀ ਸ਼ੋਪ ਦਾ ਐਡਰੈਸ ਹੈ